पहली दफा मोहब्बत हुई उदो तेरी उम्र कितनी सी? 17 साल। की गिफ्ट देता? अच्छा सी। देली देली। अस्सलाम वालेकुम व्यूअर्स, मैं हां ਤੁਹਾਡਾ ਭਰਾ ਮਨੀਰ ਸਰੋਇਆ। ਤੁਸੀਂ ਦੇਖ ਰਹੇ ਹੋ ਸਾਡਾ YouTube ਚੈਨਲ ਫਨ ਫਾਰ ਲਾਹੌਰ। ਨਾਜ਼ਰੀਨ ਜਿਨੇ ਵੀ ਸਾਡੀ ਵੀਡੀਓ ਦੇਖ ਰਹੇ ਹੋ, ਤੁਸੀਂ ਸਾਰੇ ਭੈਣ ਭਰਾਵਾਂ ਨੇ ਵੀਡੀਓ ਤੇ ਦੇਖੀ ਹੋਵੇਗੀ ਕਿ ਮੁਹੱਬਤਾਂ ਸੱਚੀਆਂ। ਔਰ ਅੱਜ ਇਸ ਜਦੀਦ ਜ਼ਮਾਨੇ ਦੇ ਵਿੱਚ ਵੀ ਅਜੇ 80-90 ਕੈਸੇ ਬਜ਼ੁਰਗ ਦੇ ਨਾਲ ਮੁਲਾਵਨ ਜਾ ਰਿਹਾ, ਜਿਨ੍ਹਾਂ ਦਾ ਬੜੇਪਾ ਸਿਰ ਤੇ ਆ, ਸਿਰ ਦੇ ਵਿੱਚ ਗੋਡੇ ਚਿੱਟੇ ਵਾਲ ਨੇ, ਔਰ ਉਮਰ ਵੀ ਉਹ ਇੱਕ ਜਿਹੜੀ ਤੁਸੀਂ ਦੇਖੋਗੇ ਤੁਸੀਂ ਖੁਦ ਪਰੇਸ਼ਾਨ ਹੋ ਜਾਓਗੇ। ਲੇਕਿਨ ਉਹ ਆਪਣੀ ਮਿਸਾਲ ਆਪਣੇ ਉਹਨਾਂ ਦੀ ਮੁਹੱਬਤ ਉਹਨਾਂ ਦੀ ਜ਼ਬਾਨ ਤੋਂ ਹੀ ਸੁਣਦੇ ਆ ਕਿ ਆਪਣੀ ਮੁਹੱਬਤ ਦੇ ਬਾਰੇ ਕੀ ਕਹਿੰਦੇ ਨੇ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ। ਔਰ ਬਾਬਾ ਜੀ ਕੀ ਹਾਲ? ਠੀਕ ਹੈ ਜੀ, ਤਬੀਅਤ ਬਿਲਕੁਲ। ਅੱਛਾ ਬਾਬਾ ਜੀ, ਤੁਸੀਂ ਇਹ ਗੱਲ ਦੱਸੋ, ਜਿੰਨੇ ਲੋਕ ਤੁਹਾਨੂੰ ਦੇਖ ਰਹੇ ਕਿ ਜਦੋਂ ਤੁਹਾਨੂੰ ਪਹਿਲੀ ਦਫ਼ਾ ਮੁਹੱਬਤ ਹੋਈ ਉਦੋਂ ਤੁਹਾਡੀ ਉਮਰ ਕਿੰਨੀ ਸੀ? 16 ਸਾਲ। 16 ਸਾਲ ਉਮਰ ਸੀ? ਬਚਪਨ ਵਿੱਚ। अच्छा तो बाबा जी, ਤੁਹਾਡੇ ਜ਼ਮਾਨੇ ਦੇ ਵਿੱਚ ਤੇ ਲੋਕ ਜਿਹੜੇ ਨੇ ਮੁੰਦਰੀਆਂ ਛੱਲੇ ਰੁਮਾਲ ਗਿਫਟ ਦਿੰਦੇ ਸੀ ਆਪਣੀਆਂ ਮਹਿਬੂਬਾਂ ਨੂੰ, ਤੇ ਤੁਸੀਂ ਆਪਣੇ ਮਹਿਬੂਬ ਨੂੰ ਕੀ ਗਿਫਟ ਦਿੱਤਾ? ਅੱਛਾ ਜੀ, ਦਿਲ ਦੇ ਦਿੱਤਾ ਜੀ, ਸਾਰਾ ਹੀ ਦਿਲ ਉਹਨੂੰ ਦੇ ਦਿੱਤਾ। ਹਾਂ, ਤੇ ਆਪਣੇ ਕੋਲ ਕੀ ਰੱਖਿਆ? ਫੇਵਰੇ। ਅੱਛਾ, ਦਿਲ ਉਹਨੂੰ ਦੇ ਦਿੱਤਾ ਜਿਹੜਾ ਬਾਕੀ ਸਮਾਨ ਹੈ, ਜਿਹੜਾ ਨਕੰਮਾ ਸਮਾਨ ਸੀ ਆਪਦੇ ਕੋਲ ਰੱਖ। ਕਾਹ ਨਹੀਂ ਕਹਿੰਦੇ ਨਾ, ਦਿਲ ਦੇ ਦਿਓ, ਬਾਕੀ ਆਪਣੇ ਕੋਲ ਲੋੜ ਰਹਿੰਦਾ ਰਹਿਣ ਦਿਓ। ਅੱਛਾ, ਤਾਂ ਤੁਸੀਂ ਆਪਣੇ ਮਹਿਬੂਬ ਨਾਲ ਕਿੰਨਾ ਕੁ ਪਿਆਰ ਕਰਦੇ ਹੋ? ਜਿੰਨਾ ਰੱਬ ਆਪਣੇ ਮਹਿਬੂਬ ਨਾਲ ਕਰਦਾ ਵੇ, ਰੱਬ ਆਪਣੇ ਮਹਿਬੂਬ ਨਾਲ ਪਿਆਰ ਕਰਦਾ ਉਹਨਾਂ ਤੁਸੀਂ ਆਪਣੇ ਮਹਿਬੂਬ ਨੂੰ। ਹਾਂ ਜੀ, ਮੇਰਾ ਖਿਆਲ ਹੈ ਤੁਹਾਨੂੰ ਵੇਖਣ ਵਾਲੇ ਹੁਣ ਜੀ ਦੀਵਾਨੇ ਹੋ ਜਾਣਾ। ਹੋ ਜਾਣ ਜੀ। ਅੱਛਾ, ਤੇ ਬਾਬਾ ਜੀ ਤੁਸੀਂ ਇਹ ਗੱਲ ਦੱਸੋ ਕਿ ਹੁਣ ਅਗਰ ਸਾਨੂੰ ਜੋ ਕੋਈ ਕਿਸੇ ਮਤਲਬ ਮਹਿਬੂਬ ਕੋ ਨਵਾਂ ਬਣਾਉਣਾ ਹੋਵੇ ਤਾਂ ਕਿਹੜੀ ਟ੍ਰਿਕ ਇਸਤੇਮਾਲ ਕਰਨੀ ਚਾਹੀਦੀ, ਕੀ ਆਈਡੀਆ ਲੈਣਾ ਚਾਹੀਦਾ, ਕੀ ਕੰਮ ਕਰਨਾ ਚਾਹੀਦਾ ਹੈ ਕਿ ਜਿਹਦੇ ਨਾਲ ਆਪੇ ਹੀ ਸਿਸਟਮ ਸਿੱਧਾ ਹੋ ਜਾਏ? ਨੋਟ ਵਹਾਓ ਨੂੰ। ਕੀ ਕਰੀਏ? ਨੋਟ ਵਹਾਓ। ਨੋਟ ਵਖਾ? ਹਾਂ, ਤੁਸੀਂ ਰੁਮਾਲ ਵਖਾ ਕੇ ਕੰਮ ਸਿੱਧਾ ਕਰ ਲਿਆ, ਸਾਨੂੰ ਨੋਟਾਂ ਦਾ ਮਸ਼ਵਰਾ ਦੇ ਰਹੇ। ਨਹੀਂ, ਨੋਟ ਵਹਾਈ ਜਾਣਾ ਵੇਖਾਵਾ, ਨਾਲੇ ਨੋਟ ਵੀ ਦਿਖਾਏ ਸੀ। ਅੱਛਾ, ਨੋਟ ਕੋਲ ਰੱਖੇ ਆ, ਕਿਸੇ ਟਾਈਮ ਵੀ ਵਿਖਾਵਣ ਦੀ ਜ਼ਰੂਰਤ? ਇਹਦਾ ਮਤਲਬ ਤੁਸੀਂ ਨੋਟ ਵਿਖਾ ਕੇ ਵੀ ਕੰਮ ਸਿੱਧਾ ਕਰ। ਇਹ ਦੇਖ ਲਓ ਸਾਮਾ ਸਾਹਿਬ ਦੇਖ ਲਓ, ਅੱਜ ਵੀ ਮੁਹੱਬਤ ਜ਼ਿੰਦਾ ਜੀ। ਅੱਛਾ, ਇਹਦਾ ਮਕਸਦ ਹੈ ਕਿ ਤੁਹਾਨੂੰ ਆਪਣੇ ਆਪ 'ਤੇ ਇਤਮਾਦ ਹੈ, ਤੁਸੀਂ ਹੋਰ ਵੀ ਕਿਸੇ ਨਾ ਕਿਸੇ ਨੂੰ ਘੇਰਾ ਪਾ ਸਕਦੇ। ਅੱਛਾ, ਜਿੰਨੇ ਮੇਰੇ ਭਾਈ ਇਸ ਵੀਡੀਓ ਨੂੰ ਦੇਖ ਰਹੇ, ਮੇਰਾ ਤੁਹਾਨੂੰ ਇਹੋ ਹੀ ਸਬਕ ਹੈ ਕਿ ਇਹੋ ਜਿਹੜੇ ਬਜ਼ੁਰਗ ਨੇ ਇਹਨਾਂ ਕੋਲੋਂ ਬਚ ਕੇ ਰਹਿਣਾ, ਇਹਨਾਂ ਨੂੰ ਇਹਨਾਂ ਦਾ ਵੱਡਾਪਣ ਸਮਝ ਕੇ ਪੈਸੇ ਵੇਖ ਕੇ ਇਹਨਾਂ ਦੇ ਪਿੱਛੇ ਨਹੀਂ ਲੱਗ ਜਾਣਾ। ਕੋਸ਼ਿਸ਼ ਇਹ ਕਰਨੀ ਹੈ ਕਿ ਕੋਈ ਆਪਦੀ ਉਮਰ ਦਾ ਕੋਈ ਬੰਦਾ ਲੱਭੋ, ਉਹਦੇ ਨਾਲ ਪਿਆਰ ਮੁਹੱਬਤ ਕਰੋ। ਇਹ ਨਹੀਂ ਕਿ ਕੈਦ ਆਜ਼ਮ ਦੀ ਤਸਵੀਰ ਵੇਖ ਕੇ ਬਾਬਿਆਂ ਦੇ ਪਿੱਛੇ ਭੱਜੇ ਫਿਰੋ। ਅੱਛਾ ਬਾਬਾ ਜੀ, ਪੈਸੇ ਤਾਂ ਤੁਹਾਡੇ ਕੋਲ ਹੋਣ ਵੀ ਹੈਗੇ ਨੇ, ਹੁਣ ਇਸ ਉਮਰ ਦੇ ਵਿੱਚ ਤੁਹਾਡੀ ਕੀ ਸਲਾਹ ਹੈ? ਹੁਣ ਤਾਂ ਅੱਲਾ ਅੱਲਾ ਕਰਨੀ ਹੈ ਬਸ, ਅੱਲਾ ਅੱਲਾ ਹੀ ਕਰਨੀ ਅਤੇ ਪੈਸੇ ਵਿਖਾ ਕੇ ਅੱਲਾ ਅੱਲਾ ਕਰਨ ਵਾਲਾ ਕੰਮ ਪਕਾਇਆ ਰਿਹਾ। ਆਹੋ, ਪੈਸੇ ਵਿਖਾ ਕੇ ਤਾਂ ਐਵੇਂ ਕਰ ਰਹੇ ਸਾਜ ਵੀ ਹੁਣੇ ਬਸ ਘੇਰਾ ਪਾ ਲੈਣਾ ਕਿਸੇ ਨਾ ਕਿਸੇ ਪਾਕ ਮਹਿਬੂਬ ਦਾ ਜ਼ਿਕਰ ਕਰੀਏ ਤਾਂ ਕਿ ਆਪਣੀ ਜਿਹੜੀ ਆਖਰਤ ਹੈ ਉਹਨੂੰ ਬਿਹਤਰ ਕਰੀਏ। ਲਿਹਾਜ਼ਾ ਹੁਣ ਉਮਰ ਹੈ ਸਾਡੇ ਵਰਗੇ ਨੌਜਵਾਨਾਂ ਦੀ, ਜਿੰਨੇ ਵੀ ਲੋਕ ਦੇਖ ਰਹੇ ਹੋ ਇਸ ਵੀਡੀਓ, ਤੁਹਾਨੂੰ ਅਗਰ ਦੇਖ ਕੇ ਮਜ਼ਾ ਆਇਆ ਹੋਵੇ ਤੇ ਸਾਡੇ ਚੈਨਲ ਫਨ ਫਾਰ ਲਾਹੌਰ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਕਰੋ, ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ, ਔਰ ਅੱਛੇ ਤੋਂ ਅੱਛੇ ਕਮੈਂਟ ਲਿਖੋ। ਅੱਲਾਹ ਹਾਫਿਜ਼।